Thank you.
ਜਿਹੜਾ ਸਮਾਂ ਆਇਆ ਤੇ ਉਹਨਾਂ ਨੂੰ ਵੀ ਕੋਈ ਸਮਾਂ ਮੰਜੇ ਤੇ ਪੈਣਾ ਪਿਆ ਤੇ ਕਿਹਾ ਕੀ ਕੀਤੇ ਇਹ ਕੀ ਗੱਲ ਹੈ ਜਿਹੜਾ ਨਾਮ ਜਪਣ ਵਾਲਾ ਉਹ ਵੀ ਦੁੱਖ ਹੁੰਦੇ ਨੇ ਸਾਰੀ ਉਮਰ ਰਹਿ ਮਰਿਆਦਾ ਦੇ ਵਿੱਚ ਰਹੇ ਉਹ ਫਿਰ ਵੀ ਦੁੱਖ ਨੇ ਤੇ ਕਿਹਾ ਨਹੀਂ ਦੁੱਖ ਨਹੀਂ ਮੇਰਾ ਸਭ ਤੋਂ ਬੰਧਨ ਕਰਦਾ ਇਹ ਮੇਰਾ ਸਭ ਜਿਹੜਾ ਅਗਲੇ ਬੰਧਨ ਕਰਦਾ ਮੇਰੇ ਕਿ ਜਿੰਨਾ ਵੀ ਦੇਖਾ ਅਗਲਾ ਪਿਛਲਾ ਭੁਗਤਾਨ ਹੁੰਦਾ ਤੇ ਫਿਰ ਜਿਹੜੀ ਸੂਈ ਹੁੰਦੀ ਹੈ ਨਾ ਉਹਦੇ ਕਸੂਰ ਛੋਟੀ ਜਿਹੀ ਬਣ ਜਾਂਦੀ ਹੈ ਤੇ ਭੁਗਤਾਨ ਹੁੰਦਾ ਕਿਉਂਕਿ ਸੰਦਰ ਰੂਪ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਆਪ ਕਹਾਂ ਕਰੇ ਗੋ ਜੋ ਫਾਦੇ ਹੋ ਸਭ ਲੋ ਦੇਖਾ ਬੀਬਾ ਜੀ ਇੱਕ ਮੰਦਰ ਦੇ ਵਿੱਚ ਰਹਿਣ ਵਾਲੇ ਤੇ ਜਿੰਨੇ ਵੀ ਜਾਣਾ ਆਉਣਾ ਬੜੀ ਸੇਵਾ ਕਰਨੀ ਕਿਸੇ ਨੇ ਵੀ ਕਹਿਣਾ ਭਾਵੇਂ ਕਿਸੇ ਨੇ ਮਾਇਆ ਦੇਣੀ ਤੇ ਭਾਵੇਂ ਨਾ ਦੇਣੀ ਉਹਨਾਂ ਨੇ ਕੰਮ ਪੂਰਾ ਕਰਨਾ ਤੇ ਕਹਿਣਾ ਮੈਂ ਆਪਣੇ ਸਾਹਿਬ ਦਾ ਕੰਮ ਕਰਨਾ ਮਹਾਰਾਜ ਦਾ ਕੰਮ ਕਰਨਾ ਦਿਹਾੜੀ ਲਾ ਲੈਣੀ ਜੇ ਕਿਸੇ ਨੇ ਮਾਇਆ ਦੇ ਦਿੱਤੀ ਹੈ ਠੀਕ ਹੈ ਕਿਸੇ ਕੋਈ ਗੱਲ ਨਹੀਂ ਇੱਕ ਦਿਨ ਉਹਨਾਂ ਦੇ ਨਗਰ ਦੇ ਵਿੱਚ ਇੱਕ ਸ਼ਾਹੂਕਾਰ ਆਇਆ ਜਦੋਂ ਸਾਰਾ ਦਿਨ ਵਪਾਰ ਕਰਦਾ ਰਿਹਾ ਵਪਾਰ ਕਰਦਿਆਂ ਕਰਦਿਆਂ ਰਾਤ ਪੈ ਗਈ ਸ਼ਾਮ ਪੈ ਗਈ ਉਹ ਬਹੁਤ ਜ਼ਿਆਦਾ ਪੈਸੇ ਸਨ ਕੋਈ ਮਾਇਆ ਕਾਫੀ ਸੀ ਤੇ ਜੰਗਲ ਦਾ ਰਸਤਾ ਸੀ ਅਗਲੇ ਪਾਸੇ ਜਾਣਾ ਤੇ ਮਨ ਨਹੀਂ ਮੰਨਦਾ ਮਨ ਡਰਦਾ ਮਨ ਕਿਉਂ ਡਰਦਾ ਕਿਉਂਕਿ ਕੋਲ ਐਸੀ ਚੀਜ਼ ਹੈ ਜਿਹਨੂੰ ਇੱਥੇ ਲੁੱਟ ਨਹੀਂ ਦੇ ਰਹੇ ਅਰਬਾਜ ਕਹਿੰਦੇ ਨੇ ਜਿਹੜਾ ਧਾਰੇ ਦਾ ਦੁਨੀਆਦਾਰੀ ਦਾ ਇਹ ਦੁਨੀਆ ਲੁੱਟ ਸਕਦੀ ਪਰ ਜੇ ਤੂੰ ਸਤਿਗੁਰ ਦੇ ਨਾਮ ਵਾਲਾ ਧਨ ਆਪਣੇ ਪੱਲੇ ਰੱਖੇਗਾ ਨਾ ਫਿਰ ਕੋਈ ਲੁੱਟ ਨਹੀਂ ਸਕਦਾ ਕਿਉਂਕਿ ਇਹਨੂੰ ਕੋਈ ਲੁਟੇਰਾ ਨਹੀਂ ਲੈ ਸਕਦਾ ਤੇ ਕੁਲੀਰ ਜੀ ਵੀ ਕਿਆ ਕਹਿੰਦੇ ਨੇ ਕੁਲੀਰ ਜੇ ਤੂੰ ਲੁੱਟਣਾ ਹੈ ਨਾ ਤੇ ਕੀ ਕਰ ਲੁੱਟਣਾ ਹੈ ਤੋ ਲੁੱਟ ਲੈ ਨਾਮ ਨਾਮ ਹੈ ਲੁੱਟ ਫਿਰ ਪਾਛੇ ਪਛਤਾਓਗੇ ਜਦ ਪ੍ਰਾਣ ਜਾਏਂਗੇ ਕਹਿੰਦੇ ਜਦੋਂ ਪ੍ਰਾਣ ਜੁੜ ਜਾਣਗੇ ਫਿਰ ਪਛਤਾਏਗਾ ਤੇਰੇ ਪਛਤਾਇਆ ਕੋਈ ਨਹੀਂ ਹੋਣਾ ਪਰ ਜੇ ਤੂੰ ਲੁੱਟਣਾ ਹੈਗਾ
ਕਰ ਸਕੀਏ ਸਾਡੇ ਕਿਤੇ ਨਹੀਂ ਬਾਹਰ ਜਾਣ ਸਭ ਬਾਹਰ ਜਾਣ ਦੀ ਔਰਤ ਇੱਥੇ ਪਤਾ ਲੱਗ ਰਿਹਾ ਸਭ ਨੂੰ ਪਰ ਫਿਰ ਉਹੀ ਗੱਲਾਂ ਉਹੀ ਬਾਤਾਂ ਉਹੀ ਸਭ ਕੁਝ ਬਾਹਰ ਜਾਣ ਸਭ ਬਾਹਰ ਜਾਣ ਦੀ ਔਰਤ ਹੈ ਕਾਹੇ ਕਿ ਬਦਲਾਵ ਆਪ ਜੀਵਨ ਪੂਰੇ ਪਏ ਤਿੰਨ ਰਿੰਗਾਂ ਦਾ ਸਿਆਣਾ ਹੈ ਹੱਥ ਚ ਜੀਵਨ ਤੇਰੇ ਗੁਰੇ ਚਾਰ ਬਾਤ ਹੈ ਸੋ ਉਹਦੇ ਧਨ ਦੁਨੀਆ ਵਾਲਾ ਇਕੱਠਾ ਕੀਤਾ ਸੀ ਡਰਦਾ ਸੀ ਜੰਗਲ ਦੇ ਵਿੱਚੋਂ ਦੀ ਜਾ ਕੋਈ ਲੁੱਟ ਨਾ ਲਏ ਸ਼ਾਹੂਕਾਰ ਤੇ ਪਿੰਡ ਦੇ ਵਿੱਚ ਕਿਸੇ ਨੂੰ ਕਿਹਾ ਮੈਨੂੰ ਕੋਈ ਮਜ਼ਦੂਰ ਮਿਲ ਜਾਏ ਜਿਹੜਾ ਥੋੜੀ ਮਜ਼ਦੂਰੀ ਕਰੇ ਤੇ ਮੈਨੂੰ ਇਹ ਜੰਗਲ ਪਾਰ ਕਰਵਾ ਦੇ ਸਭ ਨੇ ਨਾ ਕਰ ਦਿੱਤੀ ਕੋਈ ਵੀ ਮੌਤ ਦੇ ਅੱਗੇ ਖੜਾ ਖਲੋ ਕੇ ਰਾਜੀ ਨਹੀਂ ਕਹਿੰਦਾ ਤੇਰੀ ਮਾਇਆ ਛੱਡਣ ਚਾਹੀਏ ਰਾਹ ਵਿੱਚ ਸਾਨੂੰ ਢੇਰੇ ਪੈਣ ਸਾਨੂੰ ਹੀ ਮਾਰ ਦੇਣ ਕੀ ਕਰਦਾ ਇਸ ਮਾਇਆ ਦਾ ਕੀ ਕਰਦਾ ਇਸ ਮਾਇਆ ਦਾ ਜਿਹਦਾ ਸੋਖੀ ਨਹੀਂ ਭਾਈ ਕਿਤੇ ਥੋੜਾ ਜਿਹਾ ਖਲੋ ਕੇ ਧਿਆਨ ਦਈਏ ਕਈਆਂ ਨੂੰ ਸਾਧੂ ਨੇ ਬੜੀ ਮਾਇਆ ਬੜਾ ਕੁਝ ਦਿੱਤਾ ਹੈ ਪਰ ਫਿਰ ਵੀ ਸੁੱਖ ਨਹੀਂ ਕਿਉਂ ਮਹਾਰਾਜ ਕਹਿੰਦੇ ਸੁੱਖ ਨਾ ਹੀ ਬਹੁਤਾ ਧਨ ਛੱਡੇ ਬਹੁਤਾ ਧਨ ਛੱਡਿਆ ਵੀ ਸੁੱਖ ਨਹੀਂ ਸੁੱਖ ਨਾ ਹੀ ਦੇਖੇ ਨਿਰਧ ਲਾ ਕੇ ਕਹਿੰਦੇ ਸੁੱਖ ਨਹੀਂ ਬਹੁਤੀਆਂ ਗੱਲਾਂ ਦੇਖਿਆ ਵੀ ਅੱਖੀ ਵੇਖਣਾ ਲੱਗੀਆਂ ਬਹੁਤ ਰੰਗ ਤਮਾਸ਼ੇ ਤੇ ਸੁੱਖ ਨਾ ਦੇ ਵਿੱਚ ਕਹਿੰਦੇ ਤੈਨੂੰ ਸੁੱਖ ਰਹਿਣਾ ਜਾਓ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਖ ਤੂੰ ਸੁੱਖ ਰਹਿਣਾ ਕਾਲੂ ਵਰਗਿਆਂ ਨੇ ਜਾਰੀ ਗੱਲ ਜੋੜਿਆ ਉਹ ਕਿੱਥੇ ਗਏ ਪਤਾ ਨਹੀਂ ਲੱਗਾ ਸੁੱਖ ਨਹੀਂ ਮਿਲਿਆ ਪਰ ਕਹਿੰਦੇ ਜੇ ਤੂੰ ਸੁੱਖ ਲੈਣਾ ਆਏਗਾ ਮਿਲਦਾ ਗੁਰ ਚਰਨਾਂ ਵਿੱਚ
नाउ साढ़े बोली जिन्होंने दसे हैं बाबा जी मीर वाले सकल आ गए हैं बहुत समा इन्होंने चरणों में आनंद माने भाई बड़े भाग ने कि दर्शन हो रहे हैं सभा सगन को भी सो थोड़ा जहा समा सी साड़ी पूरी करके फिर ये सारे समा बाबा जी का कभी थोड़ा जहा समा फिर साड़ी वो पूरी करके फिर शिवान जात को होना है इन सामने असी नहीं बहुत चिर ला सकते क्योंकि आगे चाहिए अपनी नवे गलत करते हैं
ਤਾਂ ਦੁਨੀਆਦਾਰ ਕੀ ਜਾ ਰਹੇ ਲਫ਼ਜ਼ ਫਕੀਰ ਹਨ, ਦੁਨੀਆਦਾਰ ਵੀ ਜਾ ਸਕਦੇ। ਸੋ ਸਮਾਂ ਲੰਘਦਾ ਗਿਆ ਪਰ ਮਨ ਦੇ ਵਿੱਚ ਉਹ ਗੱਲ ਬਾਰ ਬਾਰ ਵੱਜਦੀ ਹੈ, ਚਾਰ ਦਿਨ ਹੋ ਗਏ ਨੇ ਕਿਤੇ ਸਾਨੂੰ ਸਾਖੀ ਲੱਗੀ ਤੇ ਹੁਣ ਕਿਸੇ ਰੱਬ ਸੁਣਾ ਭੇਜਿਆ ਪੰਜਵੇਂ ਦਿਨ ਉਹਨਾਂ ਦੇ ਡਾਕਟਰ ਕਹਿੰਦੇ ਨੇ ਵੇਖ ਗਿਆ ਉਹ ਸੰਤ ਹੈ ਨੇ, ਪਰ ਜਦੋਂ ਪੰਜਵੇਂ ਦਿਨ ਗਏ ਤੇ ਇਸੇ ਤਰ੍ਹਾਂ ਸਾਨੂੰ ਬੈਠੀ ਸੀ ਕਹਿੰਦੇ ਸੰਤ ਕਹਿੰਦੇ ਉਹ ਚਲਾਣਾ ਕਰ ਲਏ। ਜਦੋਂ ਇੰਨਾ ਵਜਨ ਹੋਇਆ ਤੇ ਆਪਣੀ ਫਿਕਰ ਪੈ ਗਈ, ਫਿਕਰ ਪੈ ਗਈ ਕਹਿੰਦੇ ਨੇ ਉਹਨਾਂ ਦਾ ਵਜਨ ਸੱਚਾ ਹੈ, ਕਹਿੰਦੇ ਸੀ ਪਹਿਲਾਂ ਇਹਨਾਂ ਨੂੰ ਮੈਂ ਲੈ ਜਾਣਾ ਹੈ, ਸੱਤਾਂ ਇਹਨਾਂ ਨੂੰ ਤੇਰੀ ਪਾਣੀ ਹੈ, ਉੱਥੇ ਖੜਾ ਕੇ you
ਸਾਂਗ ਸਹਾਈ ਉੱਥੇ ਨਾਮ ਦੱਸਿਆ। ਫਿਰ ਉਹ ਜਪਿਆ ਹੀ ਨਹੀਂ ਸੀ ਕੇਸ ਨੂੰ ਫੜ ਕੇ ਜਮ ਜਮ ਆਏ ਕੇਸ ਗਹਿ ਫੜ ਕੇ ਕੋਈ ਕਰਨ ਨਹੀਂ ਚਾਹੀਦਾ। ਸਾਰੀ ਉਮਰ ਵਿਆਹ ਹੀ ਕਰਦਾ ਮੰਨ ਗਿਆ, ਵਿਆਹ ਦੇ ਵਿੱਚ ਹੀ ਗਿਆ। ਪਰ ਕਹਿੰਦੇ ਨੇ ਇੱਕ ਦਿਨ ਕੁਝ ਘੜੀਆਂ ਸਿਰਫ ਇਹਨੇ ਸਾਧਸੰਗ ਕੀਤਾ ਜੋ ਇਸ ਵੇਲੇ ਕਰ ਰਹੇ ਸਨ। ਇਹਨੇ ਜਿਹੜਾ ਇਹ ਸਾਧਸੰਗ ਕੀਤਾ ਮਹਾਰਾਜ ਜੀ, ਉਹਦਾ ਫਲ ਹੈ ਕੁਝ ਘੜੀਆਂ ਸਾਧਸੰਗ ਦੇ ਵਿੱਚ ਜਿੱਥੇ ਸਭ ਨਾਮ ਜਪਦੇ ਨੇ ਉੱਥੇ ਇਹਦਾ ਵਾਸਤਾ ਹੈ। ਤੇ ਜਦੋਂ ਉਸੇ ਵੇਲੇ ਉਹ ਚੇਲੇ ਆ ਗਿਆ ਸੰਤਾਂ ਦਾ, ਲੇਕਿਨ ਬਾਕੀ ਦੇ ਸਾਰਾ ਦੇਖ ਹੀ ਜਿਹੜਾ ਲੜਕਾਂ ਦਾ ਪੁੱਛਿਆ ਗਿਆ, ਕਹਿੰਦੇ ਦਸ ਪਹਿਲਾਂ ਨਰਮ ਭੁਗਤ ਨਹੀਂ ਮਿਲਣਾ ਉਹ ਘੜੀ, ਤੇ ਸੰਤਾਂ ਦਾ ਬਜਟ ਚੇਤੇ ਆ ਗਿਆ। ਕਹਿੰਦਾ ਜੀ ਉਹ ਘੜੀ ਮੈਨੂੰ ਉੱਥੇ ਇੱਕ ਵਾਰੀ ਲੈ ਚਲੋ, ਫਿਰ ਜਿੱਥੇ ਮਰਜ਼ੀ ਲੈ ਚਲੋ। ਉਸੇ ਸਮੇਂ ਧਰਮਰਾਜ ਨੇ ਪ੍ਰਵਾਨ ਕੀਤਾ, ਜਾਮ ਪਕੜ ਕੇ ਲੈ ਕੇ ਜਾਂਦੇ ਨੇ ਰਾਹ ਵਿੱਚ ਪੱਕੀਆਂ ਕਰਦੇ ਨੇ, ਦੇਖੀ ਬਹੁਤਾ ਟਾਈਮ ਨਾਲ ਕੀ ਉਸੇ ਵੇਲੇ ਵਾਪਸ ਆ ਗਈ, ਇਸ਼ਾਰਾ ਕਰਾਂਗੇ ਬਾਹਰ ਹੀ ਹੋਵਾਂਗੇ। ਚਲਾ ਗਿਆ ਤੁਰੀ ਜਾਂਦੀ ਹੈ ਰੂਪ ਨਾਲ। ਕਹਿੰਦੇ ਪੁੰਨ ਦਾਨ ਜੋ ਕੀਤੇ ਸਭ ਧਰਮ ਰਾਏ ਦੇ ਜਾਏ, ਪੁੰਨ ਦਾਨ ਜਿੰਨਾ ਮਰਜ਼ੀ ਕਰੀਏ। ਕਹਿੰਦੇ ਸਿਰਫ ਧਰਮ ਦਾ ਕਰੀਏ, ਦਾਨ ਨਹੀਂ, ਦਾਨ ਦੇ ਨਾਮ ਹੀ ਹੈ ਗੁਰੂ ਦੀ ਬਖਸ਼ਿਸ਼ ਹੈ। ਤੇ ਜਾਂ ਫਿਰ ਸਾਧਕਾਂ ਦੀ ਨਜ਼ਰ ਪੈ ਗਈ, ਫਿਰ ਉਹ ਗਿਆ ਸੰਗਮ ਮੁਖੋਂ ਪੂੰਜੀ ਸੌਂਕੀ ਤੋਂ ਉਤਰਿਆ ਮਾਤਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟੇ ਉਹ ਸਰ ਲੋ ਲੇ। ਜਾਂ ਮਹਾਂਪੁਰਸ਼ਾਂ ਦੀ ਸਾਧਕਾਂ ਦੀ ਨਜ਼ਰ ਜਿਹੜਾ ਕੋਈ ਲੇਖਾ ਰਹਿ ਨਹੀਂ ਦਿੰਦੀ, ਤੇ ਕੀ ਕੀਤਾ ਉੱਥੇ ਪਹੁੰਚ ਗਿਆ। ਜਦੋਂ ਉੱਥੇ ਪਹੁੰਚਿਆ ਠੰਡੀਆਂ ਹਵਾਵਾਂ ਚੱਲਦੀਆਂ ਨੇ, ਨਾਮ ਜਪਣ ਵਾਲਿਆਂ ਨੂੰ ਇਸੇ ਤਰ੍ਹਾਂ ਸਾਧਸੰਗ ਹੁੰਦਾ, ਸਾਧੂ ਬੈਠੇ ਹੋਏ ਨੇ। ਤੇ ਗਾਂ ਗਿਆ ਤੇ ਪਿੱਛੇ ਮੁੜ ਮੁੜ ਵੇਖਦਾ ਕਿ ਛੇਤੀ ਵਾਪਸ ਵੀ ਜਾਣਾ, ਤੇ ਜਿੱਥੇ ਅੱਗੇ ਪਹੁੰਚਿਆ ਅੱਗੇ ਉਹ ਹੀ ਸਾਧ ਬੈਠੇ ਹੋਏ ਸਨ ਜਿਹਨਾਂ ਨੇ ਉਸ ਤੋਂ ਪਾਲ ਮੰਗਾਇਆ ਸੀ। ਹੁਣ ਪਹੁੰਚੇ ਜੋ ਵੀ ਪਾਲ ਲਗਾਉਣ ਲੱਗੇ, ਬਾਹਰ ਫੜ ਕੇ ਤੇ ਖਿੱਚ ਕੇ ਬਿਠਾ ਲਿਆ। ਕਹਿੰਦੇ ਨੇ ਮੈਂ ਜਾਂ ਪਛਾਣ ਨਾ ਵੇਖ, ਕਹਿੰਦੇ ਜੀ ਕਿਉਂ ਨਾ ਵੇਖਾਂ, ਪਿੱਛੇ ਜਾਮੂ ਲੁੱਤੇ ਹੋਏ ਨੇ। ਕਹਿੰਦੇ ਜੀ ਮਾਰਾਂਗੇ, ਮੈਂ ਵੇਖਿਆ ਰਾਹ ਵਿੱਚ ਤੜਫਦਿਆਂ ਹੋਇਆਂ ਨੂੰ, ਮੈਂ ਵੇਖਿਆ ਰਾਹ ਵਿੱਚ ਪੁੱਲ ਦੇ ਵਿੱਚ ਪੀੜਦਿਆਂ ਹੋਇਆਂ ਨੂੰ। ਨਾਨਕ ਮਹਾਰਾਜ ਕਹਿੰਦੇ ਨੇ ਕਿੱਦਾਂ ਪੀੜਦੇ ਨੇ ਉਹ, ਕਹਿੰਦੇ ਕਿੱਦਾਂ ਜੇ ਉਹ ਮੱਥੇ ਨੂੰ ਵਧਾਣੇ ਆ ਤੇ ਉਹ ਮੱਥਾ ਧਰਮ ਰਾਏ ਜਿਹੜਾ ਵਧਾਣੀ ਪਾਸੇ ਦੀ ਚਾਟੀ ਦੇ ਵਿੱਚੋਂ ਉੱਪਰ ਚਾਟੀ ਦੀ ਚੰਗੀ ਲੱਗਦੀ ਹੈ ਲੇਖਾਂ ਨੂੰ ਕੋਈ ਵੀ, ਪਰ ਵਿਜੇ ਜਿਹੜਾ ਦੁੱਧ ਹੁੰਦਾ ਜਾਂ ਰਸਲੀ ਹੁੰਦੀ ਹੈ ਉਹਨੂੰ ਏਦਾਂ ਮੰਨਦੀ ਹੈ ਬਹੁਤ ਬੁਰਾ। ਸੋ ਕਹਿੰਦੇ ਨੇ ਵੇਖਿਆ, ਕਹਿੰਦੇ ਨੇ ਬਹਿ ਜਾ ਫਿਰ, ਹੁਣ ਇੱਥੇ ਬਹਿ ਗਿਆ, ਹੁਣ ਧਿਆਨ ਆਪਣੇ ਸਾਧੂ ਦਾ ਕਰ ਤੇ ਇਹ ਸਾਧਸੰਗ ਵੱਲ ਧਿਆਨ ਦੇ, ਇਸ ਮਨ ਨੂੰ ਹਾਜ਼ਰ ਕਰ ਲਿਆ ਜਿਹਨੇ ਸਾਰੀ ਉਮਰ ਤੈਨੂੰ ਸਾਧਸੰਗ ਵਿੱਚ ਜਾਣ ਨਹੀਂ ਦਿੱਤਾ, ਨਾਮ ਜਪਣ ਨਹੀਂ ਦਿੱਤਾ, ਬੈਠਾ ਵੀ ਗੁਰੂ ਘਰ ਹੁੰਦਾ ਧਿਆਨ ਫਿਰ ਵੀ ਤੇਰਾ ਪਿੱਛੇ ਹੁੰਦਾ, ਬੈਠਾ ਵੀ ਇੱਥੇ ਹੁੰਦਾ ਧਿਆਨ ਫਿਰ ਵੀ ਤੇਰਾ ਆਪਣੇ ਕੰਮਾਂ ਨਾਲ ਵੀ ਹੁੰਦਾ ਸੀ। ਕਹਿੰਦੇ ਹੁਣ ਨਾ ਪਿੱਛੇ ਧਿਆਨ ਕਰੀ ਨਹੀਂ ਤੇ ਉਹਦਾ ਲੈ ਜਾਣਾ ਨਹੀਂ, ਬਸ ਉਸੇ ਵੇਲੇ ਅੱਖਾਂ ਵੇਖ ਲਈਆਂ, ਬਥੇਰਾ ਬਾਹਰ ਹੀ ਹੁੰਦੇ ਨੇ ਪਰ ਗਾਂ ਨਹੀਂ ਹੋਇਆ ਗਿਆ ਜਮਾਂ, ਉੱਥੋਂ ਤੱਕ ਪਹੁੰਚ ਨਹੀਂ ਪਈ ਜਿੱਥੇ ਰੱਬ ਦੇ ਪਿਆਰਿਆਂ ਦੀ ਪਹੁੰਚ। ਉਹ ਸਮਾਂ ਲੰਘ ਗਿਆ ਤੇ ਆਖਿਆ ਹੁਣ ਨਾ ਲੈ ਕੇ ਜਾ ਰਹੇ, ਕਹਿੰਦੇ ਨੇ ਨਹੀਂ ਹੁਣ ਨਹੀਂ ਲੈ ਕੇ ਜਾਂਦੇ। ਤੇ ਫਿਰ ਉਸੇ ਵੇਲੇ ਸਾਧਨਾਂ ਦੇ ਚਰਨ ਪਕੜ ਲਏ, ਕਹਿੰਦੇ ਨੇ we
जो साहब कोई मिले तिरकिया सचल लाए ये भी पत्र लिखिया कबीर जी ने कहते साहब जो मिलता थे अपने अंचल से लड़े थे अपनी गोद से लड़े थे नहीं थे कल काफी एक आदरता है कि हवा बड़ी पत्तियां ने नाम नहीं कर सकते घर का इस युग के जब तक थोड़ा नाम नहीं कर सकते घर का नहीं कर सकते एक काम कर सकते हैं साधुओं की संगत कर सकते उन्होंने बच्चे हिंदी को सा सकते हैं सो भाई माता जी ने सारी उम्र गुरु वाले होके मारे वाले होके समा करे या कोई समा पिछों माड़ा भी उन माड़ा नहीं कह सकते क्यों ये बाहर जो अपने प्यारे का लेखा जो हम पौधे भी इतने ही साफ कर देते सारा कही थे कि करिए बाहर संगत अभी सा सकते नहीं कर सकते जाइए बड़ी भीड़ होगी धक्के वाले ने महापुरुष साहब कहते हैं भाई इतों वाले धक्के झल लो गया अगलिया धक्कों तो बच जाओगे इतों वाले धक्के झल लो गए अगलिया धक्कों तो बच जाओगे सो उन्होंने संगत भी पड़ी पर हर एक वचन सच्चा है जो दुनियादारी के बाद धन्य हर एक की मां किसी की मां किसी की भैन किसी का भरा कोई ना कोई समय के अनुसार रब ना करे जो शरीर छड़ता जो किसी का वो समा आता तो फिर आपका भी चेते आ जाता किसी की मां चढ़ाई की हो उदो भी पता लगता जो अपनी करती उदो पता लगता क्यों जिन्हों की मां कही है वो सारे उन्होंने मन के अंदर वो बच्चे चलते हैं जेडे चिना दिया टोलिया चिना दिया टोलिया प्रचार
ਦੁਕਾਨ ਰੱਖਦੇ ਹੋ ਜ਼ਰੂਰ ਜਾ ਕੇ ਉੱਥੇ ਹਾਜ਼ਰੀਆਂ ਭਰਿਆ ਕਰੋ। ਇਹ ਕੋਈ ਲਾਹ ਹੈ ਭਈ ਪ੍ਰਾਪਤ ਹੋਈਆ ਗੋਬਿੰਦ ਨਗਰ ਕੀ ਇਹ ਕੋਈ ਵਧੀਆ ਹੈ। ਸਾਡੇ ਉਹਦੇ ਬੇਨਤੀਆਂ ਪ੍ਰਵਾਨ ਹੁਣ ਰਲ ਕੇ ਬੁਲਾਇਓ ਜੀ ਬੋਲਿਆ।